ਕਸਰਪਰਾ ਉਹ ਸਾਸਿਕਾਲ ਝੋਨੇ ਦੇ ਖੇਤ ਵਿੱਚ ਹੀ ਖੜੇ ਹੈਗੇ ਆ ਇਹ ਪੁਰਾਣੀ ਕਿਸਮਾਂ ਜਿਹੜੀ ਹਰ ਪੰਜਾਬੀ ਦੇ ਮੂੰਹ ਤੇ ਚੜੀ ਹੋਈ ਆ ਇਹ ਉਹ ਤੋਂ ਬਾਅਦ ਚ ਆਈ ਹੈਗੀ ਆ ਉਸੇ ਹੀ ਇੰਸਟੀਚੂਨ ਦੁਆਰਾ ਪੂਸ਼ਾ ਦੁਆਰਾ ਜੀ ਨੇ ਇਹ ਕਿਸਮ ਇਜਾਦ ਕਰੀ ਸੀ ਪੂਸ਼ਾ ਚਵਾਲੀ ਲੰਬੇ ਸਮੇਂ ਦੀ ਕਿਸਮ ਹੈ ਪੰਜਾਬ ਦੇ ਹਰ ਇੱਕ ਪਿੰਡ ਦੇ ਵਿੱਚ ਇਹ ਮਸ਼ਹੂਰ ਹੈਗੀ ਆ ਇਹ ਕਿਸਮੋਂ ਤੋਂ ਬਾਅਦ ਚ ਆਈ ਹੈ ਉਹ ਕਿਸਮ ਵੀ ਉਹਦੇ ਬਰਾਬਰ ਆਈ ਹੈਗੀ ਆ ਉਹ ਘੱਟ ਸਮੇਂ ਦੀਆਂ ਕਿਸਮਾਂ ਹੈਗੀਆਂ ਆਪਣੇ ਇੱਕ ਵੀਰ ਹੈਗੇ ਗੁਰਵਿੰਦਰ ਜੀ ਉਹਨਾਂ ਦੇ ਖੇਤ ਦੇ ਵਿੱਚ ਇਹ ਕਿਸਮਾਂ ਲੱਗੀਆਂ ਹੋਈਆਂ ਤੁਹਾਨੂੰ ਕਿਸਮਾ ਮੈਂ ਦਿਖਾਉਣਾ ਕੱਠੀਆਂ ਜਦੋਂ ਲੱਗੀਆਂ ਮਿਲਦੀਆਂ ਨਾ ਇੱਕੋ ਦਿਨ ਲੱਗੀਆਂ ਹੁੰਦੀਆਂ ਫਿਰ ਬੜਾ ਕੁਝ ਦੇਖਣ ਨੂੰ ਪਤਾ ਲੱਗ ਜਾਂਦਾ ਵੀ ਕਦ ਦਾ ਕਿੰਨਾ ਕ ਫਰਕ ਹੈ ਪੱਤਾ ਕਿਹਜਾ ਇਹ ਕਿਤੇ ਕਿਤੇ ਤਾਂ ਫੁੱਲ ਚੱਲ ਰਿਹਾ ਹੈ ਨਸਾਰਾ ਹੋ ਚੁੱਕਿਆ ਹੈ ਤੇ ਕਿਤੇ ਕਿਤੇ ਝੁਕਾ ਲੈ ਰਹੀ ਹੈ ਇਹਦੇ ਕੋਈ ਬੱਲੀ ਨਹੀਂ ਦਿਖ ਰਹੀ ਹੈਗੀ ਤੇ ਉਸ ਕਿਸਮ ਦੇ ਵਿੱਚ ਵੀ ਇਹੀ ਪੋਜੀਸ਼ਨ ਆ ਤੇ ਆਪਾਂ ਵੀਰੇ ਗੁਰਵਿੰਦਰ ਤੋਂ ਵੀ ਜਾਣਾਂਗੇ ਸასი ਘਾਲ ਵੀਰੇ ਵੀਰ ਜੀ ਤੁਹਾਡੇ ਪਹਿਲਾਂ ਫਾਰਮ ਦੀ ਲੋਕੇਸ਼ਨ ਸਾਨੂੰ ਜਰੂਰ ਦੱਸ ਦਿਓ ਆਪਣਾ ਫਾਰਮ ਕਿੱਥੇ ਆ ਪਿੰਡ ਬਦੌਚੀ ਗਲਾਂ ਜੀ ਡਿਸਟ੍ਰਿਕਟ ਫਤਿਹਗੜ੍ਹ ਸਾਹਿਬ ਜੀ ਹਾਂਜੀ ਇਹ ਜਦੋਂ ਆਪਾਂ ਸਹਰਾਂ ਤੋਂ ਪਟਿਆਲਾ ਰੋਡ ਨੂੰ ਜਾਂਦੇ ਆ ਜੀ 2 ਕਿਲੋਮੀਟਰ ਆ ਜੀ ਠੀਕ ਆ ਜੀ ਪਹਿਲਾਂ ਤਾਂ ਇਹਦੇ ਬਾਰੇ ਦੱਸ ਦਿਓ ਵੀ ਇਹਨੂੰ ਬਰਾਬਰ ਕਾਹ ਤੋਂ ਲਾਇਆ ਹੈ ਇਹ ਇਹਨੂੰ ਇਹਨਾਂ ਦੇ ਨਾਲ ਹੀ ਕਿਉਂ ਮੁਕਾਬਲਾ ਕੀਤਾ ਹੈਗਾ ਇਹ ਤਾਂ ਕਰਕੇ ਲਾਇਆ ਜੀ ਜਦੋਂ ਇਹ ਆਪਣੀ ਇਹ ਪੁਰਾਣੇ ਸਮਿਆਂ ਤੋਂ ਪ੍ਰਚਲਿਤ ਕਿਸਮ ਹੈ ਜੀ ਇਹ 160 55 ਤੋਂ 60 ਦਿਨ ਲੈ ਜਾਂਦੀ ਹੈ ਜੀ ਠੀਕ ਆ ਜੀ ਇਹ ਅਸੀਂ ਤਿੰਨੋਂ ਇੱਕੋ ਦਿਨ ਲਗਾਈਆਂ ਨੇ ਜੀ ਠੀਕ ਆ ਜੀ ਮਤਲਬ ਇਹ 16 ਜੁਲਾਈ ਨੂੰ ਲਗੀਆਂ ਹੋਈਆਂ ਨੇ ਜੀ ਠੀਕ ਤੁਸੀਂ ਇਹ ਦੇਖ ਲਓ ਜੀ ਇਹ ਇਹ 100 25 30 ਦਿਨ ਦੀ ਕਿਸਮ ਹੈ ਜੀ ਜੀ ਇਧਰ ਤੁਹਾਡੇ ਸਾਹਮਣੇ ਦੂਜੀ ਹੈ ਜੀ ਇਹ ਪੂਸ਼ਾ ਦੀ ਸੋਹੜ ਜੀ ਇਹਦੀ 44 ਦੀ ਸੋਹੜ ਹੈ ਜੀ ਇਹ ਵੀ 125 ਤੋਂ 30 ਦਿਨ ਦੀ ਕਿਸਮ ਹੈ ਜੀ ਇਹ ਤਾਂ ਕਰਕੇ ਇਕੱਠੀਆਂ ਲਗਾਈਆਂ ਨੇ ਜੀ ਇਹ ਪੱਕੂ ਕੀ ਤਾਂ ਇਹ ਲੇਟ ਜੀ ਸਾਨੂੰ ਕਣਕ ਵੀ ਪਛੇਤੀ ਬੀਜਣੀ ਪੈਣੀ ਹੈ ਜੀ ਵੀ ਇਹ ਕਿਸਾਨ ਭਰਾ ਦੇਖ ਸਕਣਗੇ ਆਪਣਾ 1.5 ਮਹੀਨੇ ਦਾ ਪਾਣੀ ਬਚ ਸਕਦਾ ਜੀ ਠੀਕ ਹੈ ਇਹ ਆਪਾਂ ਨੇ ਪੂਰੇ ਮਤਲ ਜਦੋਂ ਬਰਸਾਤਾਂ ਆਊਟ ਲੱਗੀ ਵੀ ਸੀ ਪੂਰੀ ਜੀ ਬਰਸਾਤ ਹੋਈ ਤਾਂ ਲਾਈਆਂ ਨੇ ਜੀ ਠੀਕ ਹੈ ਤੁਹਾਡੇ ਏਰੀਏ ਦੇ ਵਿੱਚ ਉਹਨਾਂ ਬਹੁਤ ਟਾਈਮ ਤੋਂ ਲੱਗਦਾ ਠੀਕ ਹੈ ਇਹ ਕਿਸਮ ਨੇ ਤੁਹਾਡੇ ਏਰੀਏ 'ਚ ਰਾਜ ਕੀਤਾ ਬਰਨਾਲੇ 'ਚ ਬਹੁਤ ਲੱਗਦੀ ਹੈ ਪਟਿਆਲੇ 'ਚ ਬਹੁਤ ਲੱਗਦੀ ਹੈ ਮੋਗੇ ਲੁਧਿਆਣੇ 'ਚ ਤਾਂ ਬਹੁਤ ਹੀ ਲੱਗਦੀ ਹੈ ਇਹ ਕਿਸਮ ਲੱਗਦੀ ਹੈ ਜਦੋਂ ਝੋਨੇ ਦੀਆਂ ਸ਼ੁਰੂਆਤੀ ਤਰੀਕਾ ਹੁੰਦੀਆਂ ਕੋਈ 10 ਜੂਨ 15 ਜੂਨ 20 ਜੂਨ ਦੇ ਲੱਗ ਗਏ ਇਹ ਕਿਸਮਾਂ ਲੱਗਦੀਆਂ ਜੁਲਾਈ ਦੇ ਵਿੱਚ ਹਾਂਜੀ ਇਹਨਾਂ ਦਾ ਮੁਕਾਬਲਾ ਪਹਿਲਾਂ ਕੋਈ ਝਾੜ ਦੇ ਵਿੱਚ ਦੇਖਿਆ ਤੁਸੀਂ ਇਹ ਇਹੀ ਕਾਰਨ ਕਰਕੇ ਮਿੰਕੇ ਜਗ੍ਹਾ ਲਾਈ ਹੈ ਜੀ ਇਹਦੀ ਆਪਾਂ ਪੂਰੀ ਡਿਟੇਲ ਦਵਾਂਗੇ ਵੀ ਇਹਦਾ ਇਹਨਾਂ ਦਾ ਕੀ ਡਿਫਰੈਂਸ ਹੈ ਜੀ ਠੀਕ ਹੈ ਜੀ ਏਰੀਆ ਮਿੰਕੇ ਜੀ ਕਿਸਾਨਪ੍ਰਭੂ 22 ਦਾ ਨੰਬਰ ਲੱਗਿਆ ਹੋਇਆ ਦੇਖੋ ਜੇ ਤੁਸੀਂ ਆਪਣੇ ਪੱਧਰ ਤੇ ਤੁਸੀਂ ਬਾਈ ਦਾ ਖੇਤ ਦੇਖਣਾ ਚਾਹੁੰਦੇ ਹੋ ਆ ਕੇ ਜੀ ਸਾਦ ਕੇ ਦੇਖੋ ਕਿਉਂਕਿ ਇਨ੍ਹਾਂ ਕਿਸਮਾਂ ਦੀ ਡਿਟੇਲ ਤੇ ਬਰਾਬਰ ਬਰੋਬਰ ਵੱਢਣ ਤੋਂ ਪਹਿਲਾਂ ਤੁਸੀਂ ਇਕੱਠੀਆਂ ਨੂੰ ਲੱਗੀਆਂ ਹੋਊਗਾ ਦੇਖਦੇ ਹੋ ਤਾਂ ਤੁਹਾਡੇ ਮਨ ਦੇ ਵਿੱਚ ਬਦਲਾਅ ਹੋ ਸਕਦਾ ਪੂਸ਼ਾ ਚ ਵਾਲੀ ਬੈਨ ਕਰਨ ਨਾਲ ਨਹੀਂ ਬੰਦ ਹੋਣੀ ਉਹਦਾ ਵਧੀਆ ਬਦਲ ਤੁਹਾਨੂੰ ਦੇਣਾ ਪੈਣਾ ਮਾਰਕੀਟ ਦੇ ਵਿੱਚ ਉਹ ਪੂਸ਼ਾ ਨਹੀਂ ਦਿੱਤਾ ਹੈਗਾ ਹੁਣ ਇਹ ਕਿਸਮ ਦਾ ਆਪਾਂ ਜਾਈਏ ਭੁੱਲ ਹਾਂਜੀ ਇਹਦੇ ਬਾਰੇ ਸਾਰੇ ਬੱਚੇ ਬੱਚੇ ਨੂੰ ਪਤਾ ਹਾਂਜੀ ਪਹਿਲਾਂ 20 90 ਬਾਰੇ ਪੂਰਾ ਜਾਣਨ ਪਾ ਦਿਓ ਇਹਨਾਂ ਦੋਨਾਂ ਦਾ ਵੀ ਦੱਸ ਦਿਓ ਹਾਂਜੀ ਏ ਇਹ ਵੀ ਆਪਣੀ ਜੀ 16 ਜੁਲਾਈ ਨੂੰ ਲੱਗੀ ਵੀ ਹੈ ਜੀ ਠੀਕ ਹੈ ਇਹਦੇ ਚ ਕੋਈ ਮਤਲਬ ਢਾਈ ਟਰਾਈ ਕਟੇ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਏ ਹੋਏ ਨੇ ਜੀ ਠੀਕ ਹੈ ਜੀ ਸੇਮ ਇਹਨਾਂ ਦੀ ਸਾਰੀਆਂ ਦੀ ਡਾਈਟ ਹੈ ਜੀ ਕੋਈ ਮਤਲਬ ਕਿਸੇ ਨੂੰ ਅਲੱਗ ਡੋਜ਼ ਨਹੀਂ ਦਿੱਤੀ ਵੀ ਜੀ ਠੀਕ ਹੈ ਜੀ ਇਹਦਾ ਇਹਦੀ ਹਾਈਟ ਕਾਫੀ ਲੱਗ ਰਹੀ ਹੈ ਇਹਦੀ ਹਾਈਟ ਜਿਆਦਾ ਹੈ ਜੀ 4 ਫੁੱਟ ਕੋਈ ਖਾਸ ਇਸ ਖੇਤ ਦੇ ਵਿੱਚ ਕੋਈ ਸਮਾਨ ਪਿਆ ਹੋਵੇ ਜਿਸ ਦੇ ਕਰਕੇ ਹਾਈਟ ਹੋ ਗਈ ਹੋਵੇ ਨਹੀਂ ਜੀ ਇਹ ਮਤਲਬ ਢਾਈ ਕਟੇ ਯੂਰੀਏ ਦੇ ਪਏ ਨੇ ਜੀ ਠੀਕ ਹੈ ਜੀ ਥੱਲੇ 20 20 ਕਿਲੋ ਪੋਟਾਸ਼ ਜੀ ਠੀਕ ਹੈ ਜੀ 21 ਕਿਥੇ ਲਾ ਸੁਪਰ ਦਾ ਜੀ ਠੀਕ ਹੈ ਜੀ ਤੇ ਉਹ ਕਿਸਮ ਜਿਹੜੀ ਹੈਗੀ ਆ 18 24 ਉਹਦੇ ਬਰਾਬਰ ਤੁਸੀਂ ਖੜੋ ਕੱਦ ਦਾ ਵੀ ਅੰਦਾਜ਼ਾ ਹੋ ਜਾਊਗਾ ਤੇ ਦੱਸਿਓ ਵੀ ਉਹ ਕਿਸਮ ਦਾ ਕਿਵੇਂ ਰਹਿੰਦਾ ਜਗਾ ਝਾੜ ਇਹਦਾ ਤੁਸੀਂ ਦੇਖੋ ਜੀ ਬੂਟਾ ਵੀ ਦੇਖ ਸਕਦੇ ਹੋ ਕਿੰਨਾ ਵਧੀਆ ਜੀ ਹਾਂਜੀ ਕੋਈ ਕਿਸੇ ਕਿਸਮ ਦੀ ਕੋਈ ਇੱਥੇ ਇੱਕ ਸਪਰੇ ਹੋਈ ਹੈ ਜੀ ਠੀਕ ਹੈ ਜੀ ਇਹਨੇ ਉਹਦੇ ਚ ਮਤਲਬ ਸਪਰੇ ਕਿਹੜੀ ਹੋਈ ਹੈ ਇੱਕ ਨਟੀਬੋ ਕਰੀਏ ਜੀ ਫੇਮ ਤੇ ਕਰਨੀ ਚਾਹੁੰਦੇ ਨਹੀਂ ਤੇ ਪਰ ਆਪਾਂ ਨੂੰ ਥੋੜਾ ਜਿਆਦਾ ਹੁੰਦਾ ਕਿਸਾਨ ਨੂੰ ਬਹੁਤ ਨੁਕਸਾਨ ਨਾ ਹੋ ਜAVE ਜੀ ਥੋੜੀ ਜੀ 100 ਗ੍ਰਾਮ ਚਸਪਾਤੀ ਦੀ ਠੀਕ ਹੈ ਜੀ ਤੁਹਾਡੇ ਏਰੀਆ ਚ ਇਹ ਸਮੱਸਿਆ ਰਹਿੰਦੀ ਹੈ ਹਾਂਜੀ ਚਲੋ ਠੀਕ ਹੈ ਪਰ ਮੇਨ ਮੇਰਾ ਇਹ ਹੈਗਾ ਵੀ ਸੀਥ ਫਲਾਈਟ ਵੱਲੋਂ ਫ੍ਰੀ ਹੈ ਹਾਂਜੀ ਠੀਕ ਹੈ ਜੀ ਬੀਐਲਵੀ ਵੱਲੋਂ ਵੀ ਬੱਚੀ ਲੱਗਦੀ ਹੈ ਹੁਣ ਇਹਦੇ ਵਿੱਚ ਜਿਹੜੇ ਬੱਲੀਆਂ ਹੈਗੀਆਂ ਸਿੱਧੀਆਂ ਖੜੀਆਂ ਕੋਈ ਕੋਈ ਬੱਲੀ ਹੈਗੀ ਜਿਹੜੀ ਝੁਕੀ ਹੈਗੀ ਆ ਤਾਂ ਆਪਾਂ ਇਹ ਮੰਨ ਸਕਦੇ ਆ ਵੀ ਅੱਜ ਤੋਂ ਮਹੀਨੇ ਤੱਕ ਤਾਂ ਇਹ ਵੱਢੀ ਜਾਵੇ ਹਾਂਜੀ ਠੀਕ ਹੈ ਅੱਜ ਆਪਾਂ ਵੀਡੀਓ ਬਣਾ ਰਹੇ ਹੈਗੇ ਆ 12 ਸੌਰੀ uh, 11 11 ਨਵੰਬਰ 11 12 ਨਵੰਬਰ ਹਾਂ 12 ਸਤੰਬਰ ਅੱਜ 12 ਸਤੰਬਰ ਨੂੰ ਇਹ ਵੀਡੀਓ ਬਣ ਰਹੀ ਹੈਗੀ ਅਤੇ 12 ਅਕਤੂਬਰ ਤੋਂ ਪਹਿਲਾਂ ਜਿਹੜਾ ਵੀ ਵੀਰ ਆ ਕੇ ਦੇਖਣਾ ਚਾਹੇ ਦੇਖ ਸਕਦਾ ਸਾਰੇ ਇਹ ਦੇਖਣ ਵਾਸਤੇ ਮਤਲਬ ਪਈ ਇੱਕ ਜਗ੍ਹਾ ਸਾਰੀਆਂ ਲਾਈਆਂ ਨੇ ਜੀ ਠੀਕ ਹੈ ਜੀ ਵੀ ਪਾਣੀ ਦਾ ਬਚਾਓ ਹੋ ਜਾਵੇ ਜੀ ਹੁਣ ਇਹਦੀ ਗਰੋਥ ਕੋਈ ਘੱਟ ਨਹੀਂ ਹੈਗੀ ਪੂਛਾ 44 ਨਾਲੋਂ ਜੀ ਵਧੀਆ ਜਿੱਥੇ ਤੱਕ ਝਾੜ ਦੀ ਉਮੀਦ ਹੈ ਵੀ ਹੋ ਸਕਦਾ 19 21 ਦਾ ਫਰਕ ਹੋ ਸਕਦਾ ਜੀ ਸ਼ਾਨਪ੍ਰਭੋ ਤੁਸੀਂ ਬੂਟਾ ਵੀ ਦੇਖੋ ਕੋਈ ਬੂਟਾ ਥੋੜਾ ਬੂਟਾ ਨਹੀਂ ਹੈਗਾ ਬਹੁਤ ਵਧੀਆ ਬੂਟਾ ਬਣਾਇਆ ਹੋਇਆ ਤੇ ਕੱਦ ਵੀ ਬਹੁਤ ਨਾਰਮਲ ਹੈਗਾ ਇਹ ਦੂਸਰੀ ਕਿਸਮ ਹੈਗੀ ਹੈ ਪਰ ਆਪਾਂ ਇਹ ਕਹਿ ਸਕਦੇ ਹੈਗੇ ਆਂ ਵੀ ਜਿਹੜਾ ਵੀਰ ਨੇ ਆਪਣੇ ਖੇਤ ਚ ਕੰਮ ਕੀਤਾ ਹੈਗਾ ਉਹ ਸਰਾਉਣ ਜੋਗ ਆ ਆਪਣੇ ਪੱਧਰ ਤੇ ਕੀਤਾ ਰਿਸਕ ਕੀਤਾ ਹੈਗਾ ਤੇ ਇਹਨਾਂ ਨੇ ਵੀ ਜਦੋਂ ਬੀ ਤਿਆਰ ਕਰਨਾ ਹੁੰਦਾ ਨਾ ਇਹਨਾਂ ਨੂੰ ਵੀ ਇਹ ਹੁੰਦਾ ਵੀ ਕਿਸਾਨਾਂ ਕੋਲੇ ਚੰਗੀ ਚੀਜ਼ ਜਾਵੇ ਤੇ ਚੰਗੀ ਚੀਜ਼ ਦੇ ਬਾਰੇ ਪਤਾ ਵੀ ਹੋਵੇ ਇਹ ਦੋਨੇ ਗੱਲਾਂ ਦੇ ਉੱਤੇ ਇਹਨਾਂ ਨੇ ਆਪਣਾ ਜੋੜ ਲਾਇਆ ਹੈਗਾ ਤੁਸੀਂ ਆਓ ਇਹਨਾਂ ਦਾ ਖੇਤ ਦੇਖੋ ਤੇ ਇਹਨਾਂ ਕਿਸਮਾਂ ਦੇ ਬਰਾਬਰ ਜਿਹੜੀਆਂ ਹੋਰ ਕਿਸਮਾਂ ਝਾੜ ਤੁਹਾਡੇ ਏਰੀਆ 'ਚ ਦੇ ਰਹੀਆਂ ਹਨ نیچے ਕਮੈਂਟਾਂ 'ਵਿੱਚ ਜਰੂਰ ਦੱਸਿਓ ਤੇ ਇਸ ਕਿਸਮ ਦੇ ਬਾਰੇ ਜੇ ਤੁਸੀਂ ਲਾਉਣ ਦਾ ਇਰਾਦਾ ਬਣਾਉਨੇ ਹੋ ਤਾਂ ਪਹਿਲਾਂ ਘਟੋ ਘਟ ਉਹਦੇ ਬਾਰੇ ਤੁਹਾਨੂੰ ਉਹਦਾ ਉਹਦੀ ਦੇਖ ਬਾਰੇ ਉਹਦੇ ਏਰੀਆ ਬਾਰੇ ਪਤਾ ਹੋਣਾ ਚਾਹੀਦਾ ਵੀ ਕਿਸ ਤਰ੍ਹਾਂ ਦੀ ਮਿੱਟੀ 'ਚ ਹੋ ਜਾਂਦੀ ਹੈਗੀ ਆ ਆਖਰੀ ਕੀ ਸੁਝਾਅ ਦੇਣਾ ਚਾਹੂਗੀ ਵੀਰੇ ਸੁਝਾਤਾ ਇਹ ਜੀ ਪਹਿਲਾਂ ਖੜੀਆਂ ਫਸਲਾਂ ਦੇਖੋ ਜੀ ਜੀ ਖੜੀਆਂ ਫਸਲਾਂ ਦੇਖ ਕੇ ਫਿਰ ਆਪ ਥੋੜੀ ਜਗ੍ਹਾ 'ਚ ਆਪਣੇ ਉਹਦੇ 'ਚ ਟ੍ਰਾਇਲ ਕਰੋ ਜੀ ਪੂਰੀ ਜਾਂਚ ਪਰਖ ਕੇ ਹਰੇਕ ਕਿਸਮ ਨੂੰ ਮਤਲਬ ਤਰਜੀਹ ਦਿਓ ਜੀ ਘੱਟ ਸਮੇਂ ਵਾਲੀ ਜਿਵੇਂ ਘੱਟ ਪਾਣੀ ਲਊਗੀ ਜੀ ਇਹ ਘੱਟ ਖਾਦਾ ਜੀ ਤੇ ਆਪਾਂ ਨੂੰ ਝਾੜ ਉਹ ਨਹੀਂ ਮਿਲ ਜਾਣਾ ਜੀ ਕੋਈ 11 21 ਦਾ ਜੇ ਕੁਆਂਟਲ 2 ਕੁਆਂਟਲ ਦਾ ਪਰਾਂ ਤਾਂ ਮੈਨੂੰ ਲੱਗਦਾ ਨਹੀਂ ਵੀ ਫਰਕ ਪਊਗਾ ਜੀ ਜੇ ਪਊਗਾ ਵੀ ਤਾਂ ਉਹ ਆਪਣਾ ਖਰਚਾ ਬਹੁਤ ਜ਼ਿਆਦਾ ਕੰਟਰੋਲ ਹੋ ਜਾਊਗਾ ਜੀ ਪਾਣੀ ਦੀ ਬਚਤ ਹੋ ਜਾਊਗੀ ਬਹੁਤ ਧੰਨਵਾਦ ਵੀਰੇ ਬਹੁਤ ਧੰਨਵਾਦ